शेरे पंजाब खतीबे पाकिस्तान हजरत मौलाना हाफिज मोहम्मद यूसुफ पसरूड़ी साहब। अल्हम्दुलिल्लाह वहदा, मेरी इको बंद करो, इन सादा चलाओ, डबलिंग भी बंद करो। अल्हम्दुलिल्लाह वहदा वस्सलातु वस्सलामु अला मल्ला नबी अबादा। अल्हम्दुलिल्लाह हमदन कसीरन तय्यबन मुबारकन फी غير مكفي ولا مودع ولا مستغنى عنه ربنا اللهم صل على محمد وعلى آل محمد صلى الله عليه وسلم كما صليت على إبراهيم وعلى آل إبراهيم إنك حميد مجيد اللهم بارك على محمد وعلى آل محمد صلى الله عليه وسلم كما باركت على إبراهيم وعلى آل إبراهيم إنك حميد مجيد سبحانك لا علم لنا إلا ما علمتنا إنك أنت العليم الحكيم ربي اشرح لي صدري ويسر لي أمري واحلل عقدة من لساني يفقهوا قولي رب زدني علما اما بعد فاعوذ بالله السميع العليم من الشيطان الرجيم من همزه ونفخه ونفسه بسم الله الرحمن الرحيم الا ان اولياء الله لا خوف عليهم ولا هم يحزنون الذين آمنوا وكانوا يتقون صدق الله العظيم। سامعین حضرات, ہما قسم دی حمد و ثنا, تمام قسم دیاں تعریفات, تمجیدات, تسبیحات, تحلیلات, اکائی, تنہائی, یکتائی, کبریائی اللہ ملک العلام واسطے, جڑا پوری کائنات دا خالق, مالک, رازق, داتا, گنج بخش, رنج بخش, لجپال, غریب نواز, غوث اعظم, کائنات دے ذرے ذرے دا دستگیر, علا کل شیء قدیر, فعال لما یرید, نحن اقرب الیہ من حبل الورید, ان ربی قریب مجیب, وهو الغفور الودود, ذو العرش المجید, جدی ذات صفات کمالات دے اندر کوئی شریک نہیں, ازل تو کلہ ابد تک کلہ رہے گا, قیامت دے دن اس کلے حکمران دی حکمرانی ہوئی. درود و سلام امام الحرمین سید الثقلین امام المرسلین رحمت للعالمین پوری کائنات دے سردار جناب محمد الرسول اللہ صلی اللہ علیہ وآلہ وسلم کی ذات اقدس واسطے. میرے ذمے مضمون لگایا گیا ہے کہ اولیاء الرحمان دی پہچان کی ہے اور انہاں دی قرآن و حدیث چ شان کی ہے. ساڈے موجودہ معاشرے دے اندر جڑے بناوٹی ولی بنے پھردے نے, جعلی, جنہاں نوں نہ نماز آؤندی ہے نہ قرآن آؤندا ہے, بلکہ کلمہ بھی نہیں کئیاں نوں آؤندا, یہ جڑے جہلی ولی نے جنہاں نو قرآن ولی نہیں مندا, رحمان ولی نہیں مندا, اسی بھی انہاں نو ولی مندے نہیں.
ਸਾਡੇ ਤੇ ਅਮੂਮਨ ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਵਾਬੀ ਜਿਹੜੇ ਨੇ ਨਾ ਇਹ ਵਲੀਆਂ ਦੇ ਗੁਸਤਾਖ ਨੇ। ਹਜੇ ਤੱਕ ਜਿਹਦੀ ਰਜਿਸਟ੍ਰੇਸ਼ਨ ਕੁਰਾਨ ਕਰੇ ਰਹਿਮਾਨ ਕਰੇ ਉਸ ਵਲੀ ਦੀ ਜੁੱਤੀ ਦੀ ਖਾਕ ਮੇਰੀਆਂ ਅੱਖਾਂ ਦਾ ਸੁਰਮਾ ਹੈ। ਜਿਹਨੂੰ ਕੁਰਾਨ ਹਦੀਸ ਵਲੀ ਆਂਦਾ ਹੈ ਉਹਦੀ ਜੁੱਤੀ ਸਾਡੇ ਸਿਰ ਦੀ ਪੱਗ ਹੈ ਤੇ ਜਿਹਨੂੰ ਕੁਰਾਨ ਰਹਿਮਾਨ ਨਬੀ ਸੁਲਤਾਨ ਦੀ ਜ਼ਬਾਨ ਵਲੀ ਨਹੀਂ ਆਂਦੀ ਮੈਂ ਉਹਨੂੰ ਵਲੀ ਮੰਨਦਾ ਨਹੀਂ। ਅਲਾ ਇਨਾ ਔਲੀਆ ਅੱਲਾਹ ਅਲਾ ਖਬਰਦਾਰ ਬੇਸ਼ੱਕ ਜਿਹੜੇ ਅੱਲਾ ਦੇ ਵਲੀ ਨੇ ਲਾ ਖੌਫੁਨ ਅਲੈਹਿਮ ਵਲਾ ਹੁਮ ਯਹਜ਼ਨੂਨ ਉਹਨਾਂ ਨੂੰ ਖੌਫ ਵੀ ਨਹੀਂ ਤੇ ਉਹਨਾਂ ਨੂੰ ਗਮ ਵੀ ਨਹੀਂ। ਅਲਜ਼ੀਨ ਆਮਨੂ ਵਕਾਨੂ ਯਤਕੂਨ ਮੋਮਿਨ ਅੱਲਾ ਦਾ ਵਲੀ ਏ ਤੇ ਮੁਤਕੀ ਰੱਬ ਦਾ ਵਲੀ ਏ। ਤਵੱਜੋ ਹੈ ਸਾਰਿਆਂ ਦੀ ਮੇਰੇ ਵੱਲ ਯਾਰ ਮੇਰੇ ਵੱਲ ਧਿਆਨ ਮੇਰੇ ਵੱਲ ਜ਼ਰਾ ਕਰੋ। ਵਲੀ ਦੋ ਮਾਨਿਆਂ ਦੇ ਅੰਦਰ ਆਉਂਦਾ ਹੈ ਇੱਕ ਜਿਹਨੂੰ ਅੱਲਾ ਦਾ ਕੁਰਬ ਮਿਲ ਜਾਏ ਉਹਨੂੰ ਰੱਬ ਦਾ ਵਲੀ ਕਿਹਾ ਜਾਂਦਾ ਹੈ ਦੂਸਰਾ ਵਲੀ ਉਹ ਹੈ ਜਿਹੜਾ ਰੱਬ ਦਾ ਯਾਰ ਹੋਏ ਅੱਲਾ ਦਾ ਦੋਸਤ ਹੋਏ। ਹੁਣ ਕੁਰਬ ਦੇ ਕਈ ਜ਼ਰਾਏ ਕਈ ਅਸਬਾਬ ਬਣਾਏ ਨੇ ਦੁਨੀਆਂ ਦੇ ਅੰਦਰ ਕੋਈ ਆਂਦਾ ਫਲਾਂ ਬਾਬੇ ਦੀ ਬੈਤ ਕਰੋ ਤੁਹਾਨੂੰ ਅੱਲਾ ਦਾ ਕੁਰਬ ਮਿਲੇਗਾ ਫਲਾਂ ਕਬਰ ਦਾ ਤਵਾਫ ਕਰੋ ਅੱਲਾ ਦਾ ਕੁਰਬ ਮਿਲੇਗਾ ਫਲਾਂ ਕਬਰ ਨੂੰ ਗੁਸਲ ਦਿਓ ਅੱਲਾ ਦਾ ਕੁਰਬ ਮਿਲੇਗਾ ਫਲਾਂ ਕਬਰ ਤੇ ਮੁਜਾਵਰ ਬਣ ਕੇ ਬਹਿ ਜਾਓ ਅੱਲਾ ਦਾ ਕੁਰਬ ਮਿਲੇਗਾ ਫਲਾਣੀ ਕਬਰ ਤੇ ਚਿੱਲਾ ਕੱਟੋ 40 ਦਿਨ ਦਾ ਫਿਰ ਅੱਲਾ ਦਾ ਕੁਰਬ ਮਿਲ ਜਾਏਗਾ ਫਲਾਣੇ ਬਾਬੇ ਦੇ ਨਾਂ ਦੇ ਬੱਕਰੇ ਦਿਓ ਛਤਰੇ ਦਿਓ ਦੁੱਧਾਂ ਦੀਆਂ ਸਵੀਲਾਂ ਲਾਓ ਉਰਸ ਕਰਾਓ ਮੇਲੇ ਕਰਾਓ ਇਹ ਸਭ ਕੁਰਬ ਦੇ ਜ਼ਰਾਏ ਦੱਸੇ ਜਾਂਦੇ ਨੇ। ਲੇਕਿਨ ਕੁਰਾਨ ਨੇ ਕੁਰਬ ਦਾ ਇੱਕੋ ਹੀ ਜ਼ਰੀਆ ਦੱਸਿਆ ਉਹ ਕੀ ਹੈ ਫਰਮਾਇਆ ਕੁਲ ਇਨ ਕੁੰਤੁਮ ਤੁਹਿਬੂਨ ਅੱਲਾਹ ਫਤਬਉਨੀ ਯੁਹਬਿਬਕੁਮ ਅੱਲਾਹ ਵਯਗਫਿਰ ਲਕੁਮ ਜ਼ਨੂਬਕੁਮ ਵੱਲਾਹੁ ਗਫੂਰੁਰ ਰਹੀਮ। ਫਰਮਾਇਆ ਮੇਰੇ ਪਿਆਰੇ ਮਹਿਬੂਬ ਪੈਗੰਬਰ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਾਲੀ ਵਸੱਲਮ ਸੋਹਣਿਆ ਕਾਇਨਾਤ ਦੇ ਲੋਕਾਂ ਨੂੰ ਕਹਿ ਦਿਓ ਅਗਰ ਤੁਸੀਂ ਦੁਨੀਆ ਤੇ ਆਖਰਤ ਦੇ ਅੰਦਰ ਕਾਮਯਾਬੀ ਚਾਹੁੰਦੇ ਹੋ ਕਿਆਮਤ ਨੂੰ ਜੰਨਤ ਦੀ ਚਾਬੀ ਚਾਹੁੰਦੇ ਹੋ ਕਿਆਮਤ ਨੂੰ ਨਬੀ ਦੇ ਹੱਥ 'ਚੋਂ ਹੌਜ਼ੇ ਕੌਸਰ ਦਾ ਜਾਮ ਚਾਹੁੰਦੇ ਹੋ ਤੇ ਜੰਨਤ ਦੇ ਬੂਹਿਆਂ ਤੇ ਫਰਿਸ਼ਤਿਆਂ ਦਾ ਸਲਾਮ ਚਾਹੁੰਦੇ ਹੋ ਫਿਰ ਉਹਦੀ ਇੱਕੋ ਹੀ ਸ਼ਰਤ ਹੈ ਫਤਬਉਨੀ ਜਿੱਥੇ ਨਬੀ ਨੇ ਬਿਠਾਇਆ ਬਹਿ ਜਾਓ ਜਿੱਥੋਂ ਨਬੀ ਨੇ ਉਠਾਇਆ ਉੱਠ ਜਾਓ ਜਿੱਥੇ ਨਬੀ ਨੇ ਝੁਕਾਇਆ ਝੁਕ ਜਾਓ ਜੋ ਨਬੀ ਨੇ ਦਿੱਤਾ ਉਹਨੂੰ ਮਜ਼ਬੂਤੀ ਨਾਲ ਪਕੜ ਲਵੋ ਜਦੋਂ ਨਬੀ ਦੇ ਆਖੇ ਲੱਗ ਕੇ ਪੈਗੰਬਰ ਦਾ ਕਹਿਣਾ ਮੰਨ ਕੇ ਮੇਰੇ ਦਰਵਾਜ਼ੇ ਤੇ ਆ ਜਾਓਗੇ ਤੇ ਫਿਰ ਮੈਂ ਰੱਬ ਤੁਹਾਨੂੰ ਦੋ ਇਨਾਮ ਦਿਆਂਗਾ ਪਹਿਲਾ ਕੀ ਹੈ ਯੁਹਬਿਬਕੁਮ ਅੱਲਾ ਮੈਂ ਰੱਬ ਤੁਹਾਨੂੰ ਆਪਣਾ ਮਹਿਬੂਬ ਬਣਾ ਲਵਾਂਗਾ ਅੱਲਾ ਅੱਲਾ ਤੇ ਦੂਜੀ ਗੱਲ ਵਯਗਫਿਰ ਲਕੁਮ ਜ਼ਨੂਬਕੁਮ ਅਰਬੀ ਦੇ ਅੰਦਰ ਗੈਨ ਫਾਰਾ ਖਫਰ ਉਸ ਗੜੇ ਤੇ ਟੋਏ ਨੂੰ ਕਿਹਾ ਜਾਂਦਾ ਹੈ ਜਿਹਦੇ ਅੰਦਰ ਗੰਦਗੀ ਸੁੱਟ ਕੇ ਉੱਤੇ ਮਿੱਟੀ ਪਾ ਦਿੱਤੀ ਜਾਂਦੀ ਹੈ। ਅੱਲਾ ਦੇ ਨੇ ਜਦੋਂ ਨਬੀ ਦੇ ਆਖੇ ਲੱਗ ਕੇ ਮੇਰੇ ਦਰਵਾਜ਼ੇ ਤੇ ਆਓਗੇ ਮੈਂ ਤੁਹਾਡੀ ਜ਼ਿੰਦਗੀ ਦੇ ਗੁਨਾਹਾਂ ਦੀ ਗਲਾਜ਼ਤ ਨੂੰ ਟੋਏ 'ਚ ਸੁੱਟ ਕੇ ਉੱਤੇ ਰਹਿਮਤ ਦੀ ਮਿੱਟੀ ਪਾ ਦਿਆਂਗਾ। ਹੁਣ ਅੱਲਾ ਦੇ ਕੁਰਬ ਦਾ ਜ਼ਰੀਆ ਕੀ ਹੈ ਕਿ ਨਬੀ ਦੀ ਸੁਨਤ ਦਾ ਪਾਬੰਦ ਹੋ ਜਾਓ ਕੁਰਾਨੋ ਸੁਨਤ ਤੇ ਕਾਰ ਬੰਦ ਹੋ ਜਾਓ। ਜਿਹੜਾ ਬੰਦਾ ਕੁਰਾਨੋ ਸੁਨਤ ਦਾ ਪਾਬੰਦ ਹੋ ਜਾਂਦਾ ਤੇ ਕੁਰਾਨੋ ਸੁਨਤ ਦਾ ਪਾਬੰਦ ਹੋ ਜਾਂਦਾ ਤੇ ਨਬੀ ਦੀ ਸੁਨਤ ਤੇ ਕਾਰ ਬੰਦ ਹੋ ਜਾਂਦਾ ਇਹ ਵੇ ਰੱਬ ਦਾ ਵਲੀ ਇਹ ਕੀ ਹੈ ਜਿਹੜਾ ਨਬੀ ਦੀ ਸੁਨਤ ਦਾ ਪਾਬੰਦ ਏ ਕੁਰਾਨੋ ਹਦੀਸ ਦੇ ਕਾਰ ਬੰਦ ਏ ਇਹ ਰੱਬ ਦਾ ਵਲੀ ਏ ਯੁਹਬਿਬਕੁਮ ਅੱਲਾ ਵਯਗਫਿਰ ਲਕੁਮ ਜ਼ਨੂਬਕੁਮ ਵੱਲਾਹੁ ਗਫੂਰੁਰ ਰਹੀਮ।
आइए हुण मोमिन अल्लाह दा वली है, मुशरिक रब दा वली। बोलो 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 मेरे नाल, चलो जरा थोड़ा जा। मोमिन अल्लाह दा वली है, मुशरिक रब दा वली। इधर मोमिन अल्लाह दा वली है ते अल्लाह मोमिना दा वली है। किथे लिखे है? फरमाया वल्लाहु वलीयुल मोमिनीन। अल्लाह वली है किन्ना दा? मोमिन दा। नंबर दो, मुत्तकी रब दा वली है ते अल्लाह मुत्तकीन दा वली है। वल्लाहु वलीयुल मुत्तकीन। हुण एक कुरान चो पता लग गया कि मुशरक रब दा वली, बिदती रब दा वली, किसे कबर दा मुजावर अल्लाह दा वली, कबरां दे उत्ते दुद्धां दियां सवीलां लाण वाला रब दा वली नहीं। क्यों? अल्लाह वलीयुल्लज़ीना आमनू। अल्लाह वलीयुल्लज़ीना आमनू युखरिजुहुम मिनज़्ज़ुलुमाति इलन्नूर वल्लज़ीना कफरू औलियाउहुमुत्तागूतु युखरिजूनहुम मिनन्नूरि इलज़्ज़ुलुमात उलाइका अस्हाबुन्नारि हुम फीहा खालिदू। तर्जमा सुन लो, अल्लाह वलीयुल्लज़ीना आमनू। अल्लाह वली है ईमान वाले अंदा। तो हुण मोमिन रब दा वली है ते अल्लाह वली है मोमिनीन दा। ते औलिया उर रहमान दी औसाफ की ने? युखरिजुहुम मिनज़्ज़ुलुमाति इलन्नूर। अल्लाह दे ने जेड़े मेरे यार ने ਉਹ ਲੋਕਾਂ ਨੂੰ ਸ਼ਿਰਕੋ ਬਿਦਾਤ ਦੇ ਹਨੇਰਿਆਂ ਚੋਂ ਕੱਢ ਕੇ ਤੌਹੀਦ ਦੀ ਰੋਸ਼ਨੀ ਚ ਲਿਆਉਂਦੇ ਨੇ। ਹੁਣ ਇੱਥੇ ਜ਼ੁਲਮਾਤ ਜਮਾ ਤੇ ਨੂਰ ਇੱਕ ਹੀ ਹੈ। ਸਪੀਕਰ ਨਹੀਂ ਅੱਜ ਆ ਸਹੀ ਆ, ਬੌਂਗਾ ਜਿਹਾ ਸਪੀਕਰ ਹੈ ਅੱਜ। ਜ਼ਰਾ ਗੌਰ ਕਰੋ, ਤਵੱਜੋ ਮੇਰੇ ਵੱਲ, ਮੈਂ ਬਾਤ ਕਰ ਰਿਹਾ ਵਾਂ ਜ਼ੁਲਮਾਤ ਜਮਾ ਤੇ ਨੂਰ। ਬੋਲੋ ਬੋਲੋ ਨੂਰ। अल्लाह दा कुरान नूर एक ही है, हदीस नूर है, कुरान नूर है, ते जुलमात जमा यानी जुलमात बहुते ने ते नूर एक है। अगे की क्या? वल्लज़ीना कफरू औलियाउहुम तागूत, ते जेड़े औलिया उस शैतान ने युखरिजूनहुम मिनन्नूरी इलज़्ज़ुलुमात ओ लोकां नूं तौहीद ते सुन्नत दी रोशनी चो कढ़ के शिरको बिदात दे नेरियां च लियाउंदे ने। उलाइका अस्हाबुन्नार, ए ही लोग ने जेड़े जहन्नम दा बालन बनणगे। हुम फीहा खालिदून। अल्लाह जिस नबी ते चिट्ठी उतारी आ उहदे रोज़े ते करोड़ा रहमता नाजिल फरमा। हुण अगे आईए ना जरा, मोमिनीन कौन ने? जेड़े ईमान वाले ने मोमिन ओ कौन ने? इन्नमल मुमिनूनल्लज़ीना इज़ा ज़ुकिरल्लाहु वजिलत कुलूबुहुम व इज़ा तुलियत अलैहिम आयातुहु ज़ादतुहुम ईमाना व अला रब्बिहिम यतवक्कलून। इको नहीं खोलनी, ना डबलिंग ना इको, मैं नहीं पसंद करता, मेरी तबीयत का पता ही है थोड़ा। जेड़े औलिया उर रहमान ने, इन्नमल मोमिनूनल्लज़ीना इज़ा ज़ुकिरल्लाहु वजिलत कुलूबुहुम, जेड़े औलिया उर रहमान ने मोमिन ने ईमान वाले ने उन्हां दे दिल दहल जांदे ने, उन्हां दे दिल कंब जांदे ने जदों उन्हां दे सामने अल्लाह दा जिक्र कीता जांदा है। वा इज़ा तुलियत अलैहिम आयातुहु
ज़ादतहुम ईमाना उन्हां दा ईमान तपलियां ते नहीं वधदा सरंगियां ते नहीं वधदा ढोलां ते नहीं वधदा मुसीकी ते नहीं वधदा कुआलियां ते नहीं वधदा उन्हां दा चिमटियां ते ईमान नहीं वधदा वही ज़ातुलियत अलैहिम आयातुहु ज़ादतहुम ईमाना जदों कुरान पढ़ के सुनाया जांदा है ते मोमिना दा ईमान वधदा है वाला रब्बिहिम यतवक्कलून ते अल्लाह दे जेड़े मेरे यार ने उन्हां दा भरोसा किसे कबर ते नहीं शजर ते नहीं हजर ते नहीं किसे दमा वाले ते नहीं तवीजा वाले ते नहीं किसे काहिन ते जादूगर ते नहीं किसे धागे ते किसे छल्ले ते मुंदरी ते नहीं वाला रब्बिहिम यतवक्कलून जेड़े मेरे यार ने उन्हां दा भरोसा अपने रब ते वे ਹੁਣ ਅੱਗੇ ਕੁਰਾਨ ਕੀ ਕਹਿ ਰਿਹਾ ਅਲਜ਼ੀਨਾ ਆਮਨੂ ਅੱਲਾਹੁ ਅਕਬਰ ਕਬੀਰਾ ਅੱਲਾਹ ਕਹਿ ਰਹੇ ਨੇ ਅਲਜ਼ੀਨਾ ਆਮਨੂ ਫਰਮਾਇਆ ਦੁਨੀਆ ਦੇ ਲੋਗੋ ਜਿਹੜੇ ਰੱਬ ਦੇ ਵਲੀ ਨੇ ਵਯੁਕੀਮੂਨ ਸਲਾਤ ਅਲਜ਼ੀਨਾ ਯੁਕੀਮੂਨ ਸਲਾਤ ਨਮਾਜ਼ੀ ਰੱਬ ਦਾ ਵਲੀ ਏ ਬੇਨਮਾਜ਼ ਅੱਲਾਹ ਦਾ ਵਲੀ ਨਹੀਂ ਵਮਿਮਾ ਰਜ਼ਕਨਾਹੁਮ ਯੁਨਫਿਕੂਨ ਅੱਲਾਹ ਦੇ ਰਾਹ 'ਚ ਦੇਣ ਵਾਲਾ ਗੋਂਦਰਾਂ ਵਾਲੇ ਦੇ ਵਾਸੀ ਉਹ ਅੱਲਾਹ ਦਾ ਵਲੀ ਹੈ ਦੁਕਾਨ ਦੁਕਾਨ ਕੌਲੇ ਫੜ ਕੇ ਮੰਗਣ ਤੇ ਪਿੰਨਣ ਵਾਲਾ ਰੱਬ ਦਾ ਵਲੀ ਨਹੀਂ ਹੁਣ ਜਿਹੜਾ ਕੌਲੇ ਫੜ ਕੇ ਜੁਮੇ ਰਾਤਾਂ ਇਕੱਠੀਆਂ ਕਰੇ ਉਹਨੂੰ ਕੁਰਾਨ ਵਲੀ ਨਹੀਂ ਆਉਂਦਾ ਵਲੀ ਦਿੰਦਾ ਕਿਸੇ ਕੋਲੋਂ ਮੰਗਦਾ ਫਰਮਾਇਆ ਜਿਹੜੇ ਨਮਾਜ਼ ਪੜ੍ਹਦੇ ਨੇ ਅੱਲਾ ਦੇ ਰਾਹ 'ਚ ਦਿੰਦੇ ਨੇ ਕੁਰਾਨ ਸੁਣ ਕੇ ਜਿਨ੍ਹਾਂ ਦਾ ਈਮਾਨ ਵੱਧਦਾ ਆਪਣੇ ਰੱਬ ਤੇ ਤਵੱਕਲ ਕਰਦੇ ਨੇ ਉਹਨਾਂ ਦੇ ਸਾਹਮਣੇ ਅੱਲਾ ਦਾ ਜ਼ਿਕਰ ਕੀਤਾ ਜਾਂਦਾ ਤੇ ਉਹਨਾਂ ਦੇ ਦਿਲ ਕੰਬ ਜਾਂਦੇ ਨੇ ਦਹਿਲ ਜਾਂਦੇ ਨੇ ਕੁਰਾਨ ਆਂਦਾ ਉਲਾਇਕਾ ਹੁਮੁਲ ਮੁਮਿਨੂਨ ਹੱਕਾ ਇਹ ਅਜੇ ਪੱਕੇ ਵਲੀ ਲਹੁਮ ਦਰਜਾਤੁਨ ਇੰਦਾ ਰੱਬਿਹਿਮ ਵਾ ਮਗਫਿਰਤੁਨ ਵਾ ਰਿਜ਼ਕੁਨ ਕਰੀਮ ਅੱਲਾ ਅੱਲਾ ਐ ਜੇ ਸੱਚੇ ਮੋਮਿਨ ਐ ਨੇ ਪੱਕੇ ਮੋਮਿਨ ਐ ਜੇ ਰੱਬ ਦੇ ਵਲੀ ਤੇ ਰੱਬ ਇਹਨਾਂ ਦਾ ਵਲੀ ਏ ਇਹ ਆਪਣੇ ਰੱਬ ਦੇ ਵਲੀ ਨੇ ਹੁਣ ਆਈਏ ਕੁਰਾਨ ਦਾ ਇੱਕ ਹੋਰ ਮੁਕਾਮ ਭਾਈ ਨਾਸਰ ਸਾਹਿਬ ਨੇ ਮਜ਼ਮੂਨ ਹੀ ਐਸਾ ਦੇ ਛੜਿਆ ਕੁਰਾਨ ਮੁੱਕਦਾ ਹੀ ਨਹੀਂ ਜਿੰਨਾ ਮਰਜ਼ੀ ਫੜੀ ਜਾਓ ਉਹ ਬੋਲਦੇ ਨਹੀਂ ਪਾਰਾ ਨਿਕਲਿਆ 18ਵਾਂ ਤੇ ਅਵਲੀਆਂ ਦੀ ਜ਼ਰਾ ਪਹਿਚਾਨ ਵੀ ਕਰ ਲਓ ਤੇ ਸ਼ਾਨ ਵੀ ਸੁਣ ਲਓ ਅੱਲਾ ਫਰਮਾਉਂਦੇ ਨੇ ਕਦ ਅਫਲਾਹਲ ਮੁਮਿਨੂਨ الذين هم في صلاتهم خاشعون والذين هم عن اللغو معرضون والذين هم للزكاة فاعلون والذين هم لفروجهم حافظون إلا على أزواجهم أو ما ملكت أيمانهم فإنهم غير ملومين فَمَنِ ابْتَغَى وَرَاءَ ذَلِكَ فَأُولَئِكَ هُمُ الْعَادُونَ وَالَّذِينَ هُمْ لِأَمَانَاتِهِمْ وَعَهْدِهِمْ رَاعُونَ وَالَّذِينَ هُمْ عَلَى صَلَوَاتِهِمْ يُحَافِظُونَ أُولَئِكَ هُمُ الْوَارِثُونَ الَّذِينَ يَرِثُونَ الْفِرْدَوْسَ هُمْ فِيهَا ਖਾਲਿਦੂਨ
ਕਲਮਾ ਸੁਣ ਲਓ ਕੌਣ ਨੇ ਅੱਲਾ ਦੇ ਵਲੀ ਤੇ ਪਹਿਚਾਨ ਤੇ ਸ਼ਾਨ ਕੀ ਹੈ ਜਿਹੜੇ ਰੱਬ ਦੇ ਵਲੀ ਨੇ ਉਹ ਨਮਾਜ਼ਾਂ ਚ ਖੁਸ਼ੂ ਖਜ਼ੂ ਕਰਨ ਵਾਲੇ ਵੱਲਜ਼ੀਨਾ ਹੁਮ ਅਨਿਲ ਲਗਵੀ ਮੂਰੀ ਸੂਨ ਜਿਹੜੇ ਰੱਬ ਦੇ ਯਾਰ ਤੇ ਵਲੀ ਨੇ ਲਗਵ ਗੱਲਾਂ ਤੋਂ ਲੱਚਰ ਗੱਲਾਂ ਤੋਂ ਪਰਹੇਜ਼ ਕਰਨ ਵਾਲੇ ਵੱਲਜ਼ੀਨਾ ਹੁਮ ਲਿਜ਼ਕਾਤੀ ਫਾਇਲੂਨ ਜਿਹੜੇ ਰੱਬ ਦੇ ਵਲੀ ਨੇ ਅੱਲਾ ਦੇ ਰਾਹ ਚ ਖਰਚ ਕਰਨ ਵਾਲੇ ਉਹ ਖਰਚ ਕਰਨ ਲੱਗਿਆਂ ਬਖੀਲੀ ਕਰਦੇ ਹੀ ਨਹੀਂ। ਅੱਲਾ ਤੁਹਾਨੂੰ ਮਦੀਨੇ ਲੈ ਜਾਏ। ਮਦੀਨੇ ਦੇ ਅੰਦਰ ਨਾ ਇੱਕ ਬਾਗ ਹੈ, ਬੇਰੇ ਉਸਮਾਨ ਹੈ ਨਾ ਜਿਹੜਾ ਹਜ਼ਰਤ ਉਸਮਾਨ ਨੇ ਕੂਹਾਂ ਖਰੀਦਿਆ ਸੀ, ਉਹਦੇ ਦੁਆਲੇ 1400 ਬਾਗ ਲਾਇਆ ਹਜ਼ਰਤ ਉਸਮਾਨ ਨੇ, ਯਾਨੀ ਕਿ ਵਾਧਾ ਵਾਧਾ 1500 ਦੇ ਕਰੀਬ ਬਾਗ ਚਲਾ ਗਿਆ। ਉਹਦੀ ਦੇਖਭਾਲ ਕੀਤੀ ਆਲੇ ਸਊਦ ਨੇ। ਮਦੀਨੇ ਦੇ ਅੰਦਰ ਅੱਜ ਵੀ ਰਾਜੀ ਬੈਂਕ ਹੈ ਜਿਹਦੇ ਅੰਦਰ ਹਜ਼ਰਤ ਉਸਮਾਨ ਦਾ ਅਕਾਊਂਟ ਅੱਜ ਵੀ ਖੁੱਲ੍ਹਾ, ਜਿਹਨੂੰ ਕਰੰਟ ਅਕਾਊਂਟ ਕਿਹਾ ਜਾਂਦਾ, ਅੱਜ ਵੀ ਖੁੱਲ੍ਹਾ। ਉਹਨਾਂ ਬਾਗਾਂ ਦਾ ਫਲ ਵਿਕਿਆ ਅਰਬ ਦੀਆਂ ਮੰਡੀਆਂ 'ਚ, ਉਹਦੇ ਪੈਸੇ ਸਾਰੇ ਹਜ਼ਰਤ ਉਸਮਾਨ ਦੇ ਅਕਾਊਂਟ 'ਚ ਜਮ੍ਹਾਂ ਹੋਏ। ਉੱਥੇ ਫਿਰ ਉਹਨਾਂ ਨੇ ਇੱਕ ਜਗ੍ਹਾ ਖਰੀਦੀ, ਜਗ੍ਹਾ ਦੇ ਉੱਤੇ ਬਿਲਡਿੰਗ ਬਣਾਈ, ਇੱਧਰ ਮੇਰੇ ਨਾਲ ਵਕਫੇ ਫਿੰਦਕੇ ਉਸਮਾਨ ਬਿਨ ਅਫਾਨ, ਉਸ ਬਿਲਡਿੰਗ ਦੀ ਸਾਲਾਨਾ ਆਮਦਨ 50 ਮਿਲੀਅਨ ਰਿਆਲ ਹੈ। ਉਹ ਮੈਂ ਬਿਲਡਿੰਗ ਵੇਖ ਕੇ ਆਇਆ, ਹੁਣ ਵੀ ਵੇਖ ਕੇ ਆਇਆ, ਇਸ ਤੋਂ ਪਹਿਲੇ ਵੀ ਗਿਆ, ਜਦੋਂ ਜਾਣਾ ਮੈਂ ਸਪੈਸ਼ਲ ਵੇਖ ਕੇ ਆਉਣਾ। 50 ਮਿਲੀਅਨ ਰਿਆਲ ਉਸ ਬਿਲਡਿੰਗ ਦੀ ਆਮਦਨ ਹੈ। 25 ਮਿਲੀਅਨ ਰਿਆਲ ਅੱਜ ਵੀ ਮਦੀਨੇ ਦੇ ਫੁਕਰਾ, ਯਤੀਮ, ਮਸਾਕੀਨ, ਬੇਵਾ ਔਰਤਾਂ 'ਚ ਤਕਸੀਮ ਕੀਤੇ ਜਾਂਦੇ ਨੇ। 25 ਮਿਲੀਅਨ ਰਿਆਲ ਅੱਜ ਵੀ ਹਜ਼ਰਤ ਉਸਮਾਨ ਦੇ ਅਕਾਊਂਟ 'ਚ ਜਮ੍ਹਾਂ ਹੋ ਰਹੇ। ਔਰ ਮਦੀਨੇ ਦੇ ਅੰਦਰ ਜਿਹੜੇ ਬਲਦੀਆ ਦੇ ਦਫਾਤਰ ਨੇ ਨਾ, ਉਹਨਾਂ ਦੇ ਪਾਣੀ ਤੇ ਬਿਜਲੀ ਦਾ ਬਿੱਲ ਅੱਜ ਵੀ ਹਜ਼ਰਤ ਉਸਮਾਨ ਬਿਨ ਅਫਾਨ ਦੇ ਨਾਮ ਆ ਰਿਹਾ। ਅੱਲਾ ਨੇ ਦੱਸਿਆ ਕੀ ਹੈ ਕਿ ਜਿਹੜਾ ਐ ਜੇ ਕਰਾਮਤ, ਕਿਆਮਤ ਤੱਕ ਹਜ਼ਰਤ ਉਸਮਾਨ ਦਾ ਅਕਾਊਂਟ ਖੁੱਲ੍ਹਾ ਰਹਿਣਾ, 35 ਹਿਜਰੀ ਤੋਂ ਲੱਗ ਕੇ ਹੁਣ ਤੱਕ, 35 ਹਿਜਰੀ 'ਚ ਹਜ਼ਰਤ ਉਸਮਾਨ ਦੀ ਸ਼ਹਾਦਤ ਹੋਈ, ਅਕਾਊਂਟ ਅੱਜ ਵੀ ਚੱਲ ਰਿਹਾ, ਅੱਜ ਵੀ ਖੁੱਲ੍ਹਾ, ਅੱਜ ਵੀ ਉਸਮਾਨ ਦੇ ਨਾਂ ਦੇ ਪੈਸੇ ਤਕਸੀਮ ਹੋ ਰਹੇ ਨੇ, ਅੱਜ ਵੀ ਉਹ ਬਿਲਡਿੰਗ ਬਣ ਕੇ ਹਜ਼ਰਤ ਉਸਮਾਨ ਦੇ ਨਾਮ 'ਤੇ ਵਕਫ ਹੈ। ਇਹ ਕਿਆਮਤ ਤੱਕ ਅਕਾਊਂਟ ਚੱਲਦਾ ਰਹਿਣਾ। ਐ ਰੱਬ ਦਾ ਵਲੀ, ਐ ਜੇ ਵਲੀ ਦੀ ਕਰਾਮਤ। ਇੱਕ ਹੋਰ ਵਲੀ ਦੀ ਗੱਲ ਦੱਸਾਂ, ਹਜ਼ਰਤ ਅਬਦੁਲ ਰਹਿਮਾਨ ਬਿਨ ਔਫ ਰਜ਼ੀ ਅੱਲਾਹੁ ਤਾਲਾ ਅਨਹੁ, ਜਦੋਂ ਮੱਕਿਓਂ ਛੱਡ ਕੇ ਮਦੀਨੇ ਆਏ ਤੇ ਆਕਾ ਫਰਮਾਉਂਦੇ ਨੇ, ਅਬਦੁਲ ਰਹਿਮਾਨ ਆ ਗਏ ਜੀ? ਆ ਗਏ। ਹਾਂ, ਕੀ ਲੈ ਕੇ ਆਇਆ? ਸੋਹਣਿਆ, ਸਭ ਕੁਝ ਲੁਟਾ ਗਿਆ, ਭਰਾਵਾਂ ਨੇ ਬੱਚਾ ਖੋ ਲਿਆ, ਸਹੁਰਿਆਂ ਨੇ ਬੀਵੀ ਖੋ ਲਈ ਹੈ, ਇਹ ਟਾਰ ਦਾ ਲਿਬਾਸ ਪਾਇਆ ਤੇ ਆ ਗਏ। ਨਬੀ ਦੇ ਕੰਸਾਰੀ ਸਿਹਾਬੀ ਕੋਲ ਬੈਠੇ ਸਨ, ਕਹਿਣ ਲੱਗੇ, ਮਹਿਬੂਬ ਜੀ, ਮੇਰੀਆਂ 2 ਬੀਵੀਆਂ ਨੇ, ਮੈਂ ਇੱਕ ਬੀਵੀ ਨੂੰ ਤਲਾਕ ਦੇ ਦੇਣਾ, ਹਜ਼ਰਤ ਅਬਦੁਲ ਰਹਿਮਾਨ ਨੂੰ ਕਹੋ ਉਹਦੇ ਨਾਲ ਨਿਕਾਹ ਕਰਕੇ ਆਪਣਾ ਘਰ ਆਬਾਦ ਕਰ ਲਏ। ਦੂਸਰਾ ਸਿਹਾਬੀ ਬੋਲਿਆ, ਜੀ ਮੇਰੇ ਮਦੀਨੇ 'ਚ 3 ਮਕਾਨ ਨੇ, 1 ਮਕਾਨ ਮੈਨੂੰ ਦੇ ਦੇਣਾ। ਹਜ਼ਰਤ ਅਬਦੁਲ ਰਹਿਮਾਨ ਬਿਨ ਔਫ ਨੂੰ ਰਜ਼ੀ ਅੱਲਾਹ ਤਾਲਾ ਨਬੀ ਅਲੈਹਿ ਸਲਾਮ ਮੁਸਕਰਾ ਕੇ ਕਹਿਣ ਲੱਗੇ, ਅਬਦੁਲ ਰਹਿਮਾਨ, ਸਭ ਕੁਛ ਲੁਟਾ ਕੇ ਆਏ, ਰੱਬ ਕੋਲੋਂ ਜੰਨਤ ਪਾ ਕੇ ਆਏ। ਹਾਏ ਹਾਏ ਹਾਏ, ਫਿਰ ਕਿਤਨੇ ਬੜੇ ਤਾਜਰ ਬਣੇ, ਉਹ ਇਸਲਾਮ ਵਾਸਤੇ ਸਭ ਕੁਛ ਲੁਟਾਇਆ, ਮਾਲ ਕਿੰਨਾ ਦਿੱਤਾ ਅੱਲਾ ਨੇ ਪਤਾ ਜੀ? ਸੀਅਰ 'ਚ ਲਿਖਿਆ, ਇੱਕ ਊਠ ਹਜ਼ਰਤ ਅਬਦੁਲ ਰਹਿਮਾਨ ਬਿਨ ਔਫ ਦਾ ਸ਼ਾਮ ਦੀ ਮੰਡੀ 'ਚ ਹੁੰਦਾ ਸੀ, ਦੂਜਾ ਊਠ ਮਦੀਨੇ 'ਚ ਵੜ ਰਿਹਾ ਹੁੰਦਾ ਸੀ। ਇੰਨਾ ਮਾਲ ਮਿਲਿਆ, ਜਦੋਂ ਫੌਤ ਹੋਏ 4 ਬੀਵੀਆਂ ਨੂੰ ਨਾ 80,000 ਦਿਨਾਰ ਆਇਆ, 10,000 ਦਿਨਾਰ ਦਾ 5.5 ਕਿਲੋ ਸੋਨਾ ਬਣਦਾ ਹੈ, ਤੇ ਸੋਨੇ ਦੀਆਂ ਇੱਟਾਂ ਕੁਹਾੜੀਆਂ ਨਾ ਕੱਟ ਕੱਟ ਕੇ ਉਹ ਵੀ ਇਹਨਾਂ ਦੇ ਹਿੱਸੇ 'ਚ ਆਈਆਂ, ਇੰਨਾ ਮਾਲ। ਤੇ ਸਖੀ ਕਿੰਨੇ? ਹਾਏ ਹਾਏ ਹਾਏ, ਹਜ਼ਰਤ ਅਬਦੁਲ ਰਹਿਮਾਨ ਬਿਨ ਔਫ ਦੇ ਊਠ ਮਦੀਨੇ 'ਚ ਆਉਂਦੇ ਨੇ। ਐ ਨੀ ਵਲੀ, ਜੇ ਵਲੀ ਨੀ ਤੇ ਵਲੀ ਹੈ ਕੌਣ ਹੈ? ਤੂੰ ਇਹਨਾਂ ਨੂੰ ਵਲੀ ਮੰਨਣਾ ਜਿਹੜੇ ਦਿਨ ਰਾਤ ਮੰਗਣ ਪਿੰਨਣ ਡਏ ਨੇ, ਲੋਕਾਂ ਨਾਲ ਫਰਾਡ ਕਰਦੇ ਨੇ, ਐ ਸ਼ੁਫ ਸ਼ੁਫ ਇਹ ਵੀ ਵਲੀ ਹੈ ਨਾ? ਬੋਲਦੇ ਨੀ ਹੁਣ, ਉਹ ਮੈਕਰਾਫੋਨ 'ਚ ਕੋਈ ਫੂਕ ਮਾਰਦਾ, 11 ਅਰਬ ਦੀ ਜਾਇਦਾਦ ਉਹਦੀ ਨਿਕਲੀ ਹੈ, ਇਹਨਾਂ ਲੋਕਾਂ ਨੂੰ ਉਹਨੇ ਲੁੱਟਿਆ, ਹਿਸਾਬ ਲਾ ਲਓ।
ਉਹ ਇਕਰਾਰੂ ਲਸਣ ਨੂੰ ਅੱਲਾ ਜ਼ਿੰਦਗੀ ਦੇ ਉਹਨੇ ਚੰਗਾ ਇਹਦੇ ਮਗਰ ਚੜਿਆ। ਕੁਰਾਨ ਦੀ ਐਤ ਨਹੀਂ ਆਉਂਦੀ, ਸੂਰਤ ਫਾਤਿਹਾ ਨਹੀਂ ਆਉਂਦੀ, ਨਮਾਜ਼ ਦਾ ਪਤਾ ਕੋਈ ਨਹੀਂ। ਅਲ ਖੱਚੋ ਖਚੂ ਚੁਨ ਵੱਲ ਖਿੱਚੋ, ਦੀਨ ਦਾ ਪਤਾ ਕੋਈ ਨਹੀਂ। ਆਂਦਾ ਜੀ ਮੈਂ ਜਿਹੜੇ ਲੂਲੇ ਲੰਗੜੇ ਨੇ ਉਹਨਾਂ ਨੂੰ ਵੀ ਟੋਰ ਲੈਣਾ। ਉਹਨਾਂ ਕਿਹਾ ਸਾਡੇ ਵੀ ਆ ਰਹੇ ਨੇ, ਉਹਨਾਂ ਦਰ ਟੋਰ ਕੇ ਵਿਖਾ ਨਾ। ਹੈਰਾਨਗੀ ਦੀ ਬਾਤ ਨਹੀਂ, ਇੱਕ ਬੰਦਾ ਮੰਜੀ ਤੇ ਪਿਆ, ਉਹਨੂੰ ਇੱਕ ਫੂਕ ਮਾਰਦਾ ਉੱਠ ਕੇ ਟੁਰ ਪੈਂਦਾ। ਉਹਦੇ ਬੰਦੇ ਆਪਣੇ ਹੁੰਦੇ ਨੇ, ਇਹ ਸ਼ੋਭਦਾ ਬਾਜ਼ੀਆਂ ਹੁੰਦੀਆਂ। ਇਹਨਾਂ ਨੂੰ ਰੱਬ ਵਲੀ ਨਹੀਂ ਆਉਂਦਾ ਜਿਹੜੇ ਲੋਕਾਂ ਦੀਆਂ ਜੇਬਾਂ ਲੁੱਟਣ। ਹਜ਼ਰਤ ਅਨਸ ਕਹਿੰਦੇ ਨੇ ਮੈਂ ਅੰਮਾ ਜੀ ਆਇਸ਼ਾ ਦੇ ਕੋਲ ਬੈਠਾ ਤੇ ਮਦੀਨੇ ਦੀਆਂ ਕੱਚੀਆਂ ਦੀਵਾਰਾਂ ਕੰਬਣ ਲੱਗ ਪਈਆਂ ਤੇ ਅੰਮਾ ਜੀ ਫਰਮਾਉਂਦੀਆਂ ਨੇ ਅਨਸ ਕੋਈ ਜ਼ਲਜ਼ਲਾ ਆਇਆ ਇਹ ਮਕਾਨ ਕੱਚੇ ਤੇ ਦੀਵਾਰਾਂ ਕੰਬਣ? ਨਹੀਂ ਨਹੀਂ ਮਾਂ ਜੀ ਜ਼ਲਜ਼ਲਾ ਨਹੀਂ ਆਇਆ। ਅਬਦੁਲ ਰਹਿਮਾਨ ਬਿਨ ਔਫ ਦੇ ਊਠ 700 ਸ਼ਾਮ ਦੀ ਮੰਡੀ ਚੋਂ ਆਇਆ, ਉਹ ਇੱਕ ਊਠ ਤੇ 25 ਮਨ ਵਜ਼ਨ ਲੱਦਿਆ। ਉਹਨਾਂ ਤੇ ਵਜ਼ਨ ਹੀ ਇੰਨਾ ਜੋ ਮਦੀਨੇ 'ਚ ਵੜੇ ਨੇ, ਉਹਨਾਂ ਦੇ ਵਜ਼ਨ ਦੀ ਵਜ੍ਹਾ ਤੋਂ ਕੱਚੀਆਂ ਦੀਵਾਰਾਂ ਕੰਬਣ ਲੱਗ ਪਈਆਂ। ਉਹਨਾਂ ਦਾ ਵਜ਼ਨ ਹੀ ਇੰਨਾ। ਅੱਛਾ ਅੱਛਾ ਅੱਛਾ, ਉਹ ਅਬਦੁਲ ਰਹਿਮਾਨ ਬਿਨ ਔਫ ਜਿਹਦੇ ਬਾਰੇ ਚੱਲਾ ਰਸੂਲ ਨੇ ਫਰਮਾਇਆ ਸੀ ਜੰਨਤ 'ਚ ਉਡਾਰੀ ਮਾਰਦਾ ਦਾਖਲ ਹੋ ਜਾਏ। ਹਜ਼ਰਤ ਅਨਸ ਨੇ ਹਦੀਸ ਸੁਣੀ ਤੇ ਸਿੱਧੇ ਅਬਦੁਲ ਰਹਿਮਾਨ ਬਿਨ ਔਫ, ਤੇਰੇ ਬਾਰੇ 'ਚ ਵੀ ਮਾਂ ਜੀ ਐਸ਼ਾ ਨੇ ਇਹ ਫਰਮਾਇਆ। ਅਬਦੁਲ ਰਹਿਮਾਨ ਬਿਨ ਔਫ ਨੂੰ 700 ਊਠ ਭੁੱਲ ਗਿਆ, ਨਬੀ ਦੀ ਹਦੀਸ ਦੀ ਪੈ ਗਈ। ਮਾਂ ਜੀ ਐਸ਼ਾ ਕੋ ਆਏ, ਮਾਂ ਜੀ ਵਾਕਈ ਹਦੀਸ ਸੁਣੀ? ਹਾਂ ਹਾਂ, ਅਬਦੁਲ ਰਹਿਮਾਨ ਇੱਕ ਦਫ਼ਾ ਨਹੀਂ ਕਈ ਦਫ਼ਾ ਸੁਣੀ ਹੈ ਕਿ ਆਕਾ ਨੇ ਫਰਮਾਇਆ ਸੀ ਮੇਰਾ ਅਬਦੁਲ ਰਹਿਮਾਨ ਜੰਨਤ 'ਚ ਉਡਾਰੀ ਮਾਰਦਾ ਦਾਖਲ ਹੋ ਜਾਏ। ਇੰਨੇ ਰਾਜ਼ੀ ਹੋਏ ਮਦੀਨੇ ਦੇ 4 ਦਰਵਾਜ਼ਿਆਂ 'ਚੋਂ 700 ਊਠ ਖਿਲਾਰ ਕੇ ਨਾ, ਬਿਮਾ ਗੱਲਾ ਬਿਮਾ ਪਲਾਨੇ ਬਿਮਾ ਊਠ ਸਾਰਾ ਕੁਝ ਹੀ ਅੱਲਾ ਦੇ ਰਾਹ 'ਚ ਦੇ ਛੜਿਆ। ਅਗਰ 2 ਲੱਖ ਦਾ ਊਠ ਵੀ ਹੋਏ ਮੈਂ ਇੱਕ ਗੱਲ ਕਰਨਾ, ਤੇ 700 ਊਠ ਦੇ ਕਿੰਨੇ ਪੈਸੇ ਬਣਦੇ ਨੇ? 14 ਕਰੋੜ ਰੁਪਈਆ ਬਣਦਾ। ਕਿਉਂ ਜੀ ਚੌਧਰੀ ਸਾਹਿਬ? ਸਿਰਫ ਊਠਾਂ ਦਾ ਜਿਹੜਾ ਸਮਾਨ ਹੈ ਨਾ, 25 ਮਨ ਇੱਕ ਊਠ ਤੇ ਵਜ਼ਨ ਹੋਏ ਤੇ 700 ਨਾਲ ਜ਼ਰਬ ਦਿਓ ਕਿੰਨਾ ਵਜ਼ਨ ਬਣਦਾ। ਇਹ ਵਲੀ ਏ, ਇਹ ਵਲੀ ਨਹੀਂ ਤੇ ਵਲੀ ਕਾਇਨਾਤ 'ਚ ਹੈ ਕੌਣ ਨੇ? ਵੱਲਜ਼ੀਨਾ ਹੁਮ ਲਿਜ਼ਕਾਤਿ ਫਾਇਲੂਨ ਵੱਲਜ਼ੀਨਾ ਹੁਮ ਲਿਫੁਰੂਜਿਹਿਮ ਹਾਫਿਜ਼ੂਨ। ਅੱਲਾ ਦੇ ਵਲੀ ਉਹ ਨੇ ਜਿਹੜੇ ਆਪਣੇ ਜਿਸਮਾਂ ਦੀ ਹਿਫਾਜ਼ਤ ਕਰਨ ਵਾਲੇ। ਇਹ ਵਲੀ ਨਹੀਂ, ਇੱਥੋਂ ਮਲੰਗਣੀ ਕੱਢੀ ਉਹਨੇ ਅਗਲੇ ਦਰਬਾਰ ਤੇ ਵੇਚੀ, ਉਹਨੇ ਅੱਗੇ ਵੇਚੀ, ਉਹਦੀ ਉਹਨੇ ਲੈਣ ਦੀ, ਆਂਦਾ ਇਹ ਵੀ ਕਰਾਮਤ ਹੀ ਹੈ। ਇਹਨੂੰ ਕਰਾਮਤ ਮੰਨਣਾ? ਉਹ ਬੋਲਦੇ ਨਹੀਂ, ਇਹ ਹੀ ਕਰਾਮਤ ਹੈ ਨਾ। ਲੇਕਿਨ ਜਿਹੜੇ ਰੱਬ ਦੇ ਵਲੀ ਨੇ ਹਾਤਮ ਤਾਈ ਦੀ ਬੇਟੀ ਨੂੰ ਗ੍ਰਿਫਤਾਰ ਕਰਕੇ ਮਸੇ ਨਵੀ ਚਾਹੁੰਦਾ ਤੇ ਜੱਗਾਂ ਦੇ ਪੀਰ ਦੇ ਸਾਹਮਣੇ ਪੇਸ਼ ਹੁੰਦੀ ਹੈ ਤੇ ਇਹਦਾ ਸਿਰ ਨੰਗਾ, ਮੇਰੇ ਤੇਰੇ ਪੀਰੋ ਮੁਰਸ਼ਦ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਸਾਹਮਣੇ ਪੇਸ਼ ਹੋਈ। ਆਕਾ ਨੇ ਇਹਦੇ ਸਰ ਨੂੰ ਆਪਣੀ ਕੰਬਲ ਪਾਕ ਮੁਜ਼ੰਮਲ ਚਾਦਰ ਨਾਲ ਢੱਕ ਦਿੱਤਾ। ਸਿਆਬਾ ਆਂਦੇ ਨੇ ਮਹਿਬੂਬ ਜੀ, ਬੇਟੀ ਦੁਸ਼ਮਣ ਦੀ ਹੈ, ਭੈਣ ਵੀ ਦੁਸ਼ਮਣ ਦੀ ਹੈ, ਤੇ ਤੁਸੀਂ ਇਹਦੇ ਸਿਰ ਨੂੰ ਟੱਕ ਦਿੱਤਾ। ਫਰਮਾਇਆ ਮੁਹੰਮਦ ਦੀ ਅਦਾਲਤ 'ਚ ਬੇਟੀ ਯਹੂਦੀ ਦੀ ਹੋਏ, ਬੇਟੀ ਈਸਾਈ ਦੀ ਹੋਏ, ਮੁਹੰਮਦ ਦੀ ਅਦਾਲਤ 'ਚ ਸਾਰਿਆਂ ਦੀਆਂ ਇੱਜ਼ਤਾਂ ਬਰਾਬਰ ਨੇ। ਔਰ ਹਾਤਮ ਤਾਈ ਦੀ ਜਿਹੜੀ ਬੇਟੀ ਸਫਾਹਾ ਸੀ ਨਾ, ਏਡੀ ਖੂਬਸੂਰਤ ਸੀ, ਉਹਦੇ ਚਿਹਰੇ ਤੇ ਨਿਗਾਹ ਨਹੀਂ ਟਿਕੀ ਤੇ ਸਿਆਬਾ ਨੇ ਯਮਨ 'ਚੋਂ ਗ੍ਰਿਫਤਾਰ ਕਰਕੇ ਮਦੀਨੇ ਆਂਦੀ ਹੈ। ਇਹਦਾ ਖਹਿਮਾ ਲੱਗ ਗਿਆ ਮਸੇ ਨਬੀ, ਇਹਨੇ ਬਿਲਾਲ ਦੀ ਅਜ਼ਾਨ ਸੁਣੀ ਤੇ ਨਬੀ ਦੀ ਜ਼ਬਾਨ 'ਚੋਂ ਕੁਰਾਨ ਸੁਣਿਆ ਤੇ ਕਲਮਾ ਪੜ੍ਹ ਕੇ ਮੁਸਲਮਾਨ ਹੋ ਗਈ। ਹੁਣ ਪਤਾ ਕੀ ਆਉਂਦੀ? ਅੱਲਾ ਰਸੂਲ ਮੇਰਾ ਭਰਾ ਨਾ ਯਮਨ 'ਚੋਂ ਡਰਦਾ ਹੀ ਤੁਹਾਡੇ ਸਿਹਾਬਾ ਕੋ ਨੱਸ ਗਿਆ ਸੀ, ਮੈਨੂੰ ਉੱਥੇ ਛੱਡ ਕੇ, ਤੇ ਉਹਨੇ ਸ਼ਾਮ ਦੇ ਜੰਗਲ 'ਚ ਡੇਰੇ ਲਾਏ ਨੇ, ਜ਼ਰਾ ਮੈਨੂੰ ਥੋੜ੍ਹਾ ਜਿਹਾ ਉੱਥੇ ਉਹਦੇ ਕੋਲ ਤੇ ਪਹੁੰਚਾਓ ਤੇ ਮੈਂ ਉਹਨੂੰ ਜਾ ਕੇ ਕਹਾਂ ਕਿੱਥੇ ਲੁਕਦਾ ਫਿਰਨਾ। ਅੱਲਾ ਨੇ ਕਾਇਨਾਤ ਦੇ ਸਾਰੇ ਸਕੂਨ ਇਕੱਠੇ ਕਰਕੇ ਮੁਹੰਮਦ ਦੀਆਂ ਜੁੱਤੀਆਂ 'ਚ ਰੱਖ ਦਿੱਤੇ ਤੇ ਮੈਨੂੰ ਜ਼ਰਾ ਉਹਦੇ ਕੋਲ ਲੈ ਕੇ ਜੇ ਜਾਓ। ਆਕਾ ਫਰਮਾਉਂਦੇ ਨੇ ਉਧਰੋਂ ਕੋਈ ਕਾਫਲਾ ਆਏਗਾ ਤੈਨੂੰ ਭੇਜ ਦਿਆਂਗਾ। ਫਰਮਾ ਨਹੀਂ ਨਹੀਂ ਮਹਿਬੂਬ ਜੀ, ਮੈਨੂੰ ਕਿਸੇ ਕਾਫਲੇ ਤੇ ਇੰਨਾ ਯਕੀਨ ਨਹੀਂ ਜਿੰਨਾ ਤੇਰੇ ਯਾਰਾਂ ਤੇ ਯਕੀਨ ਹੈ, ਤੇਰੇ ਸਿਹਾਬਾ ਤੇ ਯਕੀਨ ਹੈ ਜਿਨ੍ਹਾਂ ਨੇ ਮੈਨੂੰ ਯਮਨ 'ਚੋਂ ਗ੍ਰਿਫਤਾਰ ਕਰਕੇ ਆਉਂਦਾ। ਅੱਲਾਹੁ ਅਕਬਰ ਕਬੀਰਾ,
نبی علیہ السلام نے صحابہ نو تیار کیتا ہے، دی سواری نو تیار کیتا ہے، چلدے چلدے شام دے جنگل دے قریب پہنچدے نے، دوروں ادی ویندا ہے اے جڑی سواری تے سوار ہے اے تے میری ماں جمی پین صفاہا ہے، اگوں وانڈی آندا ہے پینا، باقی گلاں بعد چ کران گے، پر مینوں ایک گل دس دے، ایڈی دوروں سفر کر کے آئی ہے، ایڈے ایڈے جواناں نال سفر کر کے آئی ہے، جنگلاں چ راتاں گزاریاں نہیں تے مدینے چ وی اینے دن رہ کے آئی ہے، تیریاں عزتاں وی محفوظ نے کہ نہیں، ہن کی آندی ہے حاتم تائی دی بیٹی ادی دی پین آندی ہے ویراں او عزت تے تیرے کر دی چار دیواری چ نہیں ملی جیڑیاں عزتاں محمد دیاں جتیاں چ پا کے آئی ہاں۔ جیڑا حیا میں نبی تے یاراں دی اکھاں چ ویکھیا ہے وہ حیا میں تیریاں اکھاں چ وی اج تک نہیں ویکھیا، تے آندی کی ہے سن وے ویرا اے جیڑے وانگ فقیراں نال میرے نی آئے، چپلیاں کھجی والیاں تے ٹاٹ گلاں وچ پائے، بوریاں دیاں لگ چادراں ولیاں تے ڈبا نو دے کے اڑونگے، ادی پنی تک چادراں لٹکن تے گٹے دسن پے ننگے۔ ادھر میرے وال ویکھو، بیڑیاں دے تھا کنڈے ٹونگے تے ہاتھ وچ پکڑے آسے، ہولی ہولی قدم زمین تے نہیں رکھ دے نہیں ویندے آسے پاسے، سر تے ٹوپیاں جڑیاں ہویاں تے پرزے پرزے لیراں، اوے چہرے چن بدر جا چمکن پر حالت وانگ فقیراں۔ ادھر میرے وال ویکھو، متھیاں وچ محراب نشانی تے داڑیاں سینے کجل، مو ذکر خدا دا بولن نہ اکن نہ رجل، اے لے گئے سی مینو لے آئے نی مینو، اے ایڈے نی بولے بالے، اک چا انہاں نی تکیا اے ایڈے نی کرما والے، کی انہاں دیاں صفتاں سننا ویکھ انہاں دا چالا، ویکھن والا ہی اکو پیر انہاں دا جدا نام محمد آلہ۔ اے ولی نے، جے ولی نہیں تو ولی ہے کون، تو کنہاں نو ولی ماننا، گال چ ٹل پیرا چ گھنگرو ایویں ہے نا، ہاتھ چ متیر لکوں لا لے ادھا ولی، پورا لا لے پورے ولی، یہ جڑا پورا ننگا ہے نو ولی ماندا ہی تے ساڈی ننگے سر نو نماز بھی وارا نہیں کھاندی، آندا بھابی ننگے سر نماز پڑھ دینے نہ دی ہوندی، تے جڑا کپڑے لائی پھرے دوالے تو اونوں ولی آنا او بول دے نہیں، تے اہی کلم کلم نہ انہاں دا کھڑا چھڑ، آندا نہیں نہیں آہا اپنے پیراں دا لڑ پھڑ کے جنت چ وڑ جانا، بھابی تے ایویں کلم دے رہی دے، میں کہ پتر اتنے لڑ ہوئے گا تو پھڑے گا، اتنے تو لگیا ہونا سارے، وہ بولتے نہیں ہونا، خفاتن اوراتن گرلن، آقا فرماندے نے لکوں بھی ننگے بدروں بھی ننگے ہتھوں بھی خالی، اتنے سارے ننگیا ہونا، لڑ پھڑنا کتوں ہی، سب تو پہلے لباس حضرت ابراہیم علیہ السلام نو پہنایا جائے، اس تو بعد حضرت میرے پیغمبر نو جنت دا حلا، اتھے لڑ بھی میرے پیر دا ہے، بول دے نہیں حوض بھی میرے پیر دا ہے، چنڈا لواء الحمد بھی میرے پیر دا ہے، اور بولو تے صحیح مقام محمود بھی میرے پیر دا ہے، سفارشاں بھی میرے پیر نے کرنیاں نے، ساڈے پیر دی سفارش دی وجہ تو 4 ارب 90 کروڑ بندہ بغیر حساب تو جنت چ جانا ہے۔
ਸਾਡੇ ਪੀਰ ਫਿਰ ਵੀ ਸਾਡੇ ਮਹਿਬੂਬ ਨੇ ਫਰਮਾਇਆ ਸਾਡੇ ਪੀਰ ਨੇ ਕਹਿਣਾ ਅੱਲਾ ਉਮਤ ਬਹੁਤੀ ਆ ਬੰਦੇ ਥੋੜੇ ਨੇ। ਉਹ ਸਾਰੇ ਨਬੀਆਂ ਦੀ ਉਮਤ ਦੀਆਂ ਚਾਰ ਸਫ਼ਾ ਹੋਣੀਆਂ ਨੇ, ਇੱਕ ਸੌ ਤੇ ਚਾਰ ਸਫ਼ਾ, ਇੱਕ ਸੌ। ਜ਼ਰਾ ਗੌਰ ਕਰੋ ਪੂਰੇ ਮੈਦਾਨੇ ਮਹਿਸ਼ਰ ਦੇ ਅੰਦਰ। ਅੱਲਾਹੁ ਅਕਬਰ, 80 ਸਫ਼ਾ ਕੱਲੇ ਸਾਡੇ ਨਬੀ ਦੀ ਉਮਤ ਦੀਆਂ ਹੋਣੀਆਂ ਨੇ। ਉਹਦੇ ਬਾਵਜੂਦ ਵੀ ਆਖਾ ਫਰਮਾ ਅੱਲਾ ਉਮਤ ਬਹੁਤੀ ਹੈ ਬੰਦੇ ਥੋੜੇ ਨੇ। ਉਹ ਮੈਂ ਕਿਹਾ ਉੱਥੇ ਵੀ ਮੇਰੇ ਪੀਰ ਨੇ ਕੰਮ ਆਉਣਾ ਹੀ। ਆਵਾਜ਼ ਆਏਗੀ ਇੰਨਾ ਸਨੁਰਜ਼ੀ ਕਫੀ ਉਮਤੀ ਕਵਲਾ ਨਸੂਗਾ, ਮੇਰਿਆ ਮਹਿਬੂਬਾ ਗਮ ਨਾ ਖਾ, ਜਿਵੇਂ ਕਹੇਗਾ ਉਵੇਂ ਹੀ ਤੈਨੂੰ ਰਾਜ਼ੀ ਕਰ ਦਿਆਂਗੇ। ਸੁਭਾਨ ਸੁਭਾਨ। ਵਲਸੌਫਾ ਯੂਤੀ ਕਰਬੂ ਕਫਤਰਜ਼ਾ, ਮੇਰੇ ਨਬੀ ਦੀਆਂ ਸਿਫਾਰਸ਼ਾਂ ਚੱਲਣਗੀਆਂ। ਅੱਲਾ ਅੱਲਾ ਅੱਲਾ, ਮੇਰੇ ਭਾਈ ਜ਼ਰਾ ਗੌਰ ਕਰਨਾ, ਆਈਏ 120 ਸਫ਼ਾ ਟੋਟਲ ਹੋਣੀਆਂ ਨੇ, ਚਾਰ ਨਹੀਂ 120, 40 ਸਫ਼ਾ 1,24,000 ਅੰਬਈਆ ਦੀਆਂ ਉਮਤਾਂ ਦੀਆਂ, ਅਤੇ 80 ਸਫ਼ਾ ਮੇਰੇ ਇਕੱਲੇ ਨਬੀ ਦੀ ਉਮਤ ਦੀਆਂ। ਉੱਥੇ ਵੀ ਕੰਮ ਆਉਣਾ, ਮੇਰੇ ਪੀਰ ਨੇ ਕੰਮ ਆਉਣਾ, ਕਿਸੇ ਪੀਰ ਨੇ ਕੰਮ। ਉੱਥੇ ਕਿਸੇ ਨਬੀ ਦੀ ਆਵਾਜ਼ ਆ ਨਹੀਂ, ਤੂੰ ਪੀਰਾਂ ਦੀ ਗੱਲ ਕਰਨਾ ਪਿਆ। ਜਿਹੜੇ ਵਲੀ ਨੇ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਕੁਰਾਨ ਕਰ ਰਿਹਾ, ਅੱਲਾ ਪਾਕ ਫਰਮਾਉਂਦੇ ਨੇ ਵੱਲਸੀਨਾ ਹੁਮਲੀ ਫਰੂਜੀਹਿਮ ਹਾਫਿਜ਼ੂਨ, ਆਪਣੇ ਜਿਸਮਾਂ ਦੀ ਹਿਫਾਜ਼ਤ ਕਰਨ ਵਾਲੇ ਅੱਲਾ ਦੇ ਵਲੀ ਨੇ। ਵਾਈ ਬਾਦੁਰ ਰਹ يَهِلُونَ قَالُوا سَلَامًا وَالَّذِينَ يَبِيتُونَ لِرَبِّهِمْ سُجَّدًا وَقِيَامًا وَالَّذِينَ إِذَا فَالَّذِينَ يَقُولُونَ رَبَّنَا اصْرِفْ عَنَّا عَذَابَ جَهَنَّمَ إِنَّ عَذَابَهَا كَانَ غَرَامًا إِنَّهَا سَاءَتْ مُسْتَقَرًّا وَمُقَامًا وَالَّذِينَ إِذَا أَنفَقُوا لم يسرفوا ولم يقتروا وكان بين ذلك قواما والذين لا يدعون مع الله إلها آخر ولا يقتلون النفس التي حرم الله إلا بالحق ولا يزنون ومن يفعل ذلك يلقى أثاما يضاعف له العذاب يوم القيامة ويخلد فيه مهانا إلا من تاب وآمن وعمل عملا صالحا فأولئك يبدل الله سيئاتهم حسنات وكان الله غفورا رحيما ومن تاب وعمل صالحا فإنه يتوب إلى الله متابا والذين لا يشهدون الزور وإذا مروا باللغو مروا كراما والذين إذا ذكروا بآيات ربهم لم يخروا عليها صما وعميانا والذين لا يدعون والذين يقولون ربنا هب لنا من أزواجنا وذرياتنا قرة أعين واجعلنا للمتقين إماما ਵਲੀ ਜਿਨ੍ਹਾਂ ਦੀ ਪਹਿਚਾਨ ਕੁਰਾਨ ਕਰ ਰਹੇ ਹੈ। ਫਰਮਾਇਆ ਵਾ ਇਬਾਦੁਰ ਰਹਿਮਾਨ ਅਲਜ਼ੀਨ ਯਮਸ਼ੂਨ ਅਲਲ ਅਰਜ਼ੀ ਹੂਨ। ਕਹੋ ਸੁਭਾਨ ਅੱਲਾ। ਜਿਹੜੇ ਰੱਬ ਦੇ ਵਲੀ ਨੇ ਜ਼ਮੀਨ ਤੇ ਟੁਰਦੇ ਕਿਸੇ ਨੂੰ ਦੁਖਾਂਦੇ ਹੀ ਨਹੀਂ। ਇਹ ਕੀ ਹੈ, ਟਲ ਖੜਕਾਉਂਦਾ ਜਾ ਰਿਹਾ, ਲੋਕਾਂ ਦੀਆਂ ਮੱਝਾਂ ਦੇ ਕਿੱਲੇ ਪਟਾਉਂਦਾ ਜਾ ਰਿਹਾ, ਲੋਕਾਂ ਦੇ ਬਾਲ ਡਰਾਉਂਦਾ ਜਾ ਰਿਹਾ। ਵਲੀ ਹੈ ਕਿ ਟੈਰਾ ਛੁੱਟਿਆ, ਇਹਨੂੰ ਵਲੀ ਮੰਨਾ। ਜਦੋਂ ਕੋਈ ਜਾਹਿਲ ਮੁਖਾਤਬ ਹੁੰਦਾ, ਵਾਇਜ਼ਾ ਖਾਤਬਹੁਮੁਲ ਜਾਹਿਲੂਨ ਕਾਲੂ ਸਲਾਮਾ, ਇਹ ਕੀ ਆਂਦੇ ਨੇ, ਸਲਾਮਤੀ ਹੋਏ ਵੱਲਜ਼ੀਨ
یبیتون لربہم سجدا و قیاما. اللہ دے نے جڑے میرے یار نے انہاں دیاں راتاں کلباں چ نہیں گزر دیاں، انہاں دیاں راتاں ڈاکے مار کے نہیں گزر دیاں، انہاں دیاں راتاں میں خانیاں چ نہیں گزر دیاں، انہاں دیاں راتاں قبراں تے دھوئیں تکھا کے نہیں گزر دیاں، انہاں دیاں راتاں پنگاں تے چرساں پی کے نہیں گزر دیاں، انہاں دیاں راتاں بدکاری تے اڈیاں تے نہیں گزر دیاں. والذین یبیتون لربہم سجدا و قیاما. کہو سبحان اللہ. شرابا پی کے نہیں، پگا پی کے نہیں، چرسا پی کے نہیں، کلبا چ نہیں، چوریاں تے ڈکیٹیاں کر کے نہیں. انہاں دیاں راتاں گزردیاں نے مسلے تے کھلو کے رب اگے رو کے. چھڈ منجی نہ نیند پیاری کر، اٹھ مسلے تے سواری کر، ڈگ سجدے گریا زاری کر، او در رو رو عرش ہلا دے توں. والزتی رات کھلونے دی، ہاتھ بن کے قیدی ہونے دی، پیارے رب دے اگے رونے دی، واہ صدکے اس روانے نو. اللہ اللہ واہ واہ لذتی رات قیام اندر، نشے واہ واہ نی پاک جام اندر، اٹھ پی کے ویخ قیام اندر، تینو لنگ گئی رات اتانے نو. تاتا جافا جنوبهم عن المزاج يدعون ربهم خوفا وطمعا ومما رزقناهم ينفقون. جڑے میرے یار نے انہاں دیاں راتاں مسلیاں تے کھلو کھلو کے ننگ آندے کی نے. والذین یقولون ربنا صرف انا عذاب جہنم ان عذابها کان غراما. اللہ اے جہنم دی اگ نو ساڈے تو پھیر لے، اے بڑی بری جگہ ٹھہرن دی. اینے ولی تے ولی آندے ہی انہوں نے جڑا رب کولو منگے، ولی نو ایویں مشکل کشا نہ بنا لیا کر، حاجت روا فلانے بابے دی ٹھیری تے جاؤ، اوتھے لون چاڑو تے آیا ہوندا. بول دے نہ للا ککڑی دے دے پتر، یہ ککڑا نو پتر لبدے سارے پولٹری فارم والے لے جاندے، تے جے نہ بابیاں دے ہتھ وچ پتر تیاں ہوندیاں نہ بابیاں لکانی کڑی وی نہیں جمن دینی. صحیح گل جی، ساڈے کلے کاری یقوب دے تری بال نے، میں 28 آنا ہاں، وہ اگلے دن میرے کہن لگے روایت ٹھیک کر ہوں 3 نے. انہاں ولیاں دے ہاتھ کچھ نہیں، اور کون دیندا ہے؟ اچھی بولو، جنوں نہایا آوے کفنایا آوے تے او دا سارا کچھ آپ کیتا ہے، تے ہون جو مر گیا انہوں دفنان تو بعد آندا سارا کچھ اے میرا کردا ہے، آندے نے کہ نہیں؟ وہ بولتے نہیں. ایک بندہ مروا وی لیا، وہ کہڑے ویلے منو مولانا یوسف یاد آئے احرار، اللہ انہاں دی قبر نو اپنے نور نہ منور فرما. واندے نے ایک بندہ مروا وی لیا، او دا رونا پٹنا پا وی لیا، اونوں گٹکاں تے بخشا وی لیا، او دا جوڑا چالیے دا پا وی لیا، پر مردہ اجے بھی زندہ ہی رہا. ہے وہ سمجھ آئی جی؟ کوئی نہ، مردہ اجے بھی زندہ جو میرا نو پھیرا مار دے. جے تیرے مردے نہیں مردے، ہائے ہائے، جے تیرے مردے نہیں مردے، وچ قبر دے گلانے کر دے،
ਉਹਨੂੰ ਕਬਰ ਬਾਹਰੀ ਸੁਕਾ ਲਿਆ ਕਰ, ਕਿਸੇ ਸ਼ੀਸ਼ੇ ਵਿੱਚ ਸਜਾ ਲਿਆ ਕਰ, ਦਿਲ ਕਰੇ ਤੇ ਕਦੀ ਬੁਲਾ ਲਿਆ ਕਰ, ਮਰਨ ਮਰਾਨ ਦੀ ਗੱਲ ਹੀ ਮੁਕਾ। ਗੱਲ ਦੀ ਸਮਝ ਆਉਣ ਡਈ ਜੇ? ਇਸ ਵਾਸਤੇ ਕੁਝ ਵੀ ਕਰਨ ਜੋਗੇ ਨਹੀਂ। ਵਲੀ, ਮੈਂ ਵਲੀ ਨੂੰ ਵਲੀ ਮੰਨਣਾ, ਪਰ ਹਾਜਤ ਰਵਾ ਮੁਸ਼ਕਿਲ ਕੁਸ਼ਾ। ਸਾਡੇ ਪਸਰੂਰ ਦੇ ਕਰੀਬ ਬਾਬੇ ਗੁੱਲੂ ਸ਼ਾਹ ਦੀ ਮੰਡੀ ਲੱਗਦੀ, ਉਹ ਵੀ ਵਲੀ ਹੈ ਉੱਧਰ। ਉਹ 2008 'ਚ ਨਾ ਚੌਲੀ ਸਾਹਿਬ ਪਾਣੀ ਆਇਆ, ਉਹ ਮਰ ਗਿਆ ਗੁੱਲੂ ਸ਼ਾਹ ਦੀ ਮੰਡੀ 'ਚ। ਲੋਕਾਂ ਦੇ ਡੰਗਰ ਵੀ ਰੋੜ ਕੇ ਲੈ ਗਿਆ, ਜਲੇਬੀਆਂ ਰੁੜ ਗਈਆਂ, ਲੋਕਾਂ ਦਾ ਮਾਲ ਸਾਰਾ ਰੁੜ ਗਿਆ। ਉਹ ਇੱਕ ਬਾਬਾ ਹੀ ਭਾਬੀ, ਉਹਨੇ ਕੈਮਰਾ ਫਿੱਟ ਕੀਤਾ, ਉਹਨੇ ਕਿਹਾ ਗੁੱਲੂ ਸ਼ਾਹ ਤੋਂ ਨਾ ਮੁਰਾਦਾਂ ਮੰਗੀ ਨੀ, ਉਹਦੀ ਆਪਣੀ ਰੁੜ ਗਈ ਮੰਡੀ ਨੀ। ਗੁੱਲੂ ਸ਼ਾਹ ਤੋਂ ਨਾ ਮੁਰਾਦਾਂ ਮੰਗੀ ਨੀ, ਉਹਦੀ ਆਪਣੀ ਰੁੜ ਗਈ ਮੰਡੀ ਨੀ। ਪਾਣੀ ਵੜ ਗਿਆ ਵਿੱਚ ਚੁਖੰਡੀ ਨੀ, ਉਹਨੇ ਦਿੱਤੀਆਂ ਦੁਕਾਨਾਂ ਤਾਰ ਨੀ, ਇੱਕ ਦਿਨ ਮਰ ਜਾਣਾ। ਅੱਲਾ ਬਾਜ ਨਾ ਗੈਰ ਪੁਕਾਰ, ਉਥੇ ਨਹੀਂ ਰਹਿਣਾ। ਜਦੋਂ ਹੜ੍ਹ ਦੀਆਂ ਕਾਂਗਾਂ ਚੜੀਆਂ ਨੀ, ਲੱਡੂ ਪੇੜੇ ਜਲੇਬੀਆਂ ਤਰੀਆਂ ਨੀ, ਪਰ ਬਾਬੇ ਹੁਰਾ ਨਾ ਉੱਠ ਕੇ, ਪਰ ਬਾਬੇ ਹੁਰਾ ਨਾ ਉੱਠ ਕੇ ਫੜੀਆਂ ਨੀ। ਡੰਗਰ ਰੁੜ ਗਏ ਸੀ ਕਈ ਹਜ਼ਾਰ, ਇੱਥੇ ਨਹੀਂ ਰਹਿਣਾ। ਤੂੰ ਉਹਦੇ ਤੇ ਰੱਖ ਤਸੱਲਾ ਨੀ, ਜੇ ਦੇਵੇ ਤੇ ਦਿੰਦਾ ਹੀ ਅੱਲਾ ਨੀ। ਉਹ ਤਵੱਜੋ ਮੇਰੇ ਵੱਲ, ਮੈਂ ਜਿਹੜੀ ਗੱਲ ਕਰ, ਮਾਸ਼ਾਅੱਲਾ, ਮੋਸਟ ਵੈਲਕਮ ਜੀ, ਜੀ ਆਇਆਂ ਨੂੰ ਅਹਲਨ ਸਹਲਨ ਮਰਹਬਾ। ਹਜ਼ਰਤ ਰਬਾਨੀ ਸਾਹਿਬ ਮੇਰੇ ਮੁਰਸ਼ਦ ਪੀਰ ਤਸ਼ਰੀਫ ਲਿਆਏ ਨੇ ਜੀ, ਅੱਲਾਹ ਤਾਲਾ ਇਹਨਾਂ ਨੂੰ ਸਿਹਤ ਵਾਲੀ ਲੰਬੀ ਜ਼ਿੰਦਗੀ ਅਤਾ ਫਰਮਾਏ, ਉੱਚੀ ਕਹੋ ਆਮੀਨ। ਤੋ ਮੈਂ ਬਾਤ ਕਰ ਰਿਹਾ ਵਾਂ, ਕਿਹੜੀ ਗੱਲ ਕਰ ਰਿਹਾ ਮੈਂ ਪਤਾ ਜੇ? ਹਾਂ, ਗੁੱਲੂ ਸ਼ਾਹ ਤੂੰ ਉਹਦੇ ਤੇ ਰੱਖ ਤਸੱਲਾ ਨੀ, ਜੇ ਦੇਵੇ ਤੇ ਦਿੰਦਾ ਹੀ ਅੱਲਾ ਨੀ। ਉਹਦਾ ਕਦੀ ਵੀ ਨਾ ਛੱਡੀ ਪੱਲਾ ਨੀ, ਤੇਰਾ ਹੋ ਜਾਈਗਾ ਬੇੜਾ ਪਾਰ, ਇੱਥੇ ਨਹੀਂ ਰਹਿਣਾ। وَالَّذِينَ هُمْ عَنِ اللَّغْوِ مُعْرِضُونَ وَالَّذِينَ إِذَا أَنْفَقُوا لَمْ يُسْرِفُوا وَلَمْ يَقْتُرُوا وَكَانَ بَيْنَ ذَلِكَ قَوَامًا। ਜਿਹੜੇ ਰੱਬ ਦੇ ਵਲੀ ਨੇ ਅੱਲਾ ਦੇ ਰਾਹ 'ਚ ਦਿੰਦੇ ਨੇ, ਕੰਜੂਸੀਆਂ ਕਰਦੇ, ਬਖੀਲੀਆਂ ਕਰਦੇ ਨਹੀਂ। ਵੱਲਜ਼ੀਨਾ ਲਾ ਯਦੂਨਾ ਮਾ ਅੱਲਾਹੀ ਇਲਾਹਨ ਆਖਰਾ, ਜਿਹੜਾ ਰੱਬ ਦਾ ਵਲੀ ਏ ਉਹ ਅੱਲਾ ਦੀ ਜ਼ਾਤ ਨਾਲ ਸ਼ਿਰਕ ਕਰਦਾ। ਮੁਸ਼ਰਿਕ ਰੱਬ ਦਾ ਵਲੀ ਨਹੀਂ ਤੇ ਬਿਦਤੀ ਰੱਬ ਦਾ। ਪੀਰ ਅਬਦੁਲ ਕਾਦਰ ਜਿਲਾਨੀ ਸਾਹਿਬ ਨੇ ਜੱਫਾ ਮਾਰਿਆ, 11ਵੀਂ ਵਾਲਾ ਪੀਰ, ਖੀਰ ਉਹਦੇ ਨਾਂ ਤੇ ਖਾਈ ਜਾਂਦੇ ਨੇ, ਉਹ ਵੀ ਸਾਡੇ ਹੀ ਨੇ। ਜਾਓ ਦੁਨੀਆ ਤੋਂ ਤਾਲਬੀਨ ਉਠਾਓ, ਅਗਰ ਦੁਨੀਆ ਤੋਂ ਤਾਲਬੀਨ ਚੋ ਫਾਤਿਹਾ ਖਲਫੁਲ ਇਮਾਮ ਨਾ ਮਿਲੇ, ਹੱਥ ਸੀਨੇ ਤੇ ਬੰਨੇ ਨਾ ਮਿਲ, ਉੱਚੀ ਆਮੀਨ ਨਾ ਮਿਲੇ, ਪੈਰਾਂ ਨਾਲ ਪੈਰ ਮਿਲਾਣੇ ਨਾ ਮਿਲ, ਜੇ ਉਹਨਾਂ ਇਹ ਨਾ ਕਿਹਾ ਹੋਏ ਮੇਰੇ ਹਾਂ ਅਸਲ ਅਹਿਲੇ ਸੁਨਤ ਅਹਿਲੇ ਹਦੀਸ ਨੇ, ਅਹਿਲੇ ਹਦੀਸ ਹੀ ਅਹਿਲੇ ਸੁਨਤ ਨੇ, ਮੇਰੇ ਹਾਂ ਬਿਦਤੀ ਹੋਏ ਜਿਹੜਾ ਅਹਿਲੇ ਹਦੀਸ ਨੂੰ ਬੁਰਾ ਕਹਿੰਦਾ, ਅਗਰ ਕਿਤਾਬ ਚੋ ਨਾ ਮਿਲੇ ਪੀਰ ਤੇਰਾ ਏ, ਅਗਰ ਕੁਛ ਮਿਲੇ ਪੀਰ ਮੇਰਾ ਏ। ਜਾਓ ਹਜ਼ਰਤ
حضرت علامہ شہید رحمہ اللہ نے ایک تقریر چ فرمایا سی گجرات دی گالبل تقریر آندے نے بغداد ٹر چلنے اگر پیر عبد القادر جیلانی صاحب دی مسجد تے جڑی امام ابو حنیفہ دے نام نہ منسلک مسجد ہے اوتھے آمین اچھی کہی جاندی ہے ہاتھ سینے تے بنے جاندے نے پیراں نال پیر ملائے جاندے نے آندے نے اگر نہ ہوئے ٹکٹ میں دے دیاں گا اگر سب کچھ ہوئے ٹکٹ تسی دے دے آؤ اج وی ٹر چلنے بغداد مولانا عبد القادر جیلانی بابا جی جنہاں نوں یارویں والا پیر کیا جاندہ ہے آہ تھوڑا دیتا ہے کھیر کھان واسطے کھاؤ بھائی اہی تھوڑا کدو روکنے ہیں لیکن عقیدہ بابے دا ساڈے کول ہے پیر ساڈا ہے اگر وہ گنیا تو طالبین چوں انہاں دی گنیا تو طالبین چوں نہ ملے تو میں مجرم جی انہاں اے نہ کیا ہوئے کہ میرے ہاں بدتی ہوئے جڑا اہل حدیث نوں برا کہیندا ہے اگر یہ حوالہ موجود نہ ہوئے پوری زندگی مسلک کہہ لے دیس دے سٹیج تے نہیں آواں آؤ تے صحیح اس واسطے اسی پیر تھانو خدار ولی ہے ہی ساڈے آ جن پنگی پوچھتی نے نا آ سارا مال جڑا پیا ہوندا ہے سڑکاں دے فٹ پاسا دے انہاں دا سارا اے ہی پے نے چرساں پی کے نہ انہاں نوں نماز دا پتہ نہ روزے دا پتہ جو پابند سوما سلاتاں دا ہووے ادا کرنے والا زکاتاں دا ہووے نہ پیتی زنا دیاں گاتاں دا ہووے نہ سننے والا لغو باتاں دا ہووے بری نظر کر کے جو نہیں چاکدا اے قرآن اس نوں ولی آکھدا اے ولی او نہیں ہوندا جو تومبا وجاوے تے کنگ اتے جیڑا سسی ہیر گاوے مرزا تے صاحبہ جنو حال پاوے ولی ہرگز روٹی ولی ہرگز ناچ کر کے نہ دکھاوے بہو بیٹی لوکاں دی جو تک دے نے ولی نہیں بدماش جگ دے نے ولی او نہیں ہوندا جو پنگا کٹاوے نشہ پی کے تر دیاں خبراں لے آوے ککڑ بٹیرے تے کتے لڑاوے ولی ہرگز روٹی منگ کے نہ کھاوے شک والی روٹی دے نیڑے ولی نہیں جے جاندا رزق پاک اللہ ولی نو کھواندا ولی ہوندا مخلوق وچ نیک بندا ولی داڑھی اُتے پھراوندا نہیں رہندا اج نے ولی نے انہاں دی داڑیاں ویکھو ہے مچھاں وی چٹم داڑھی وی چٹم میں نو تھوڑی جی سرخی لا دے شریفہ وی نہیں لگے گی نہ داڑھی نہ مچھ جویں مجھ دا ہوانا نہیں ہوندا پہنچیا میں کہ جہنم نو پہنچیا اور کدھر پہنچیا جنو پاکی پلیتی دا نہیں پتا اللہ ولی ہوندا مخلوق وچ نیک بندہ ولی داڑی اتے پھراؤندا نہیں رہندا نہ پاؤندا تمالا موڈے رکھ ڈنڈا ولی کولو ہوندا نہیں کوئی کم مندا ولی دن رات اندر عبادت لگاندا ہے ولی ویکھیاں خدا یاد آوندا ہے والذین لا یدعون مع اللہ الہن آخر الہن آخر ولا یقتلون النفس التی حرم اللہ الا بالحق ولا یزنون ولی جڑے نے کسے نو نجائز قتل نہیں کردے زنا کرن والا ولی نہیں ولی زانی بھی نہیں بدکار بھی نہیں اللہ اللہ ولا یزنون ومن یفعل ذلک یلقی اثاما یضاعف له العذاب یوم القیامہ قیامتی ویخلد فی مہانا الا من تاب وآمن وعمل عملا صالحا فاولئک یبدل اللہ سیئاتہم حسنات وکان اللہ غفورا رحیما قرآن مکدا ہی نہیں جڑے میرے بندے نے وہ توبہ کردے نے ایمان لے اوندے نے تے عمل نیک کردے نے تے اللہ دے نے مینوں انہاں نال پیار اینا ہے میں انہاں دے گناہاں نوں وی نیکیاں چ تبدیل کر دینا واں الذین یقولون ربنا آمنا
فاغفر لنا ذنوبنا وقنا عذاب النار الصابرين والصادقين والقانتين والمنفقين والمستغفرين بالأسحار جڑے میرے نے او سرگی ویلے اٹھ کے میرے کو گناواں دیاں معافیاں وی منگدے نے تے ولیاں دیاں راتاں مصلیاں تے گزردیاں نے نہ کلبہ وچ گزردیاں نہ قبراں تے دھوئے تکھا کے گزردیاں نہ پنگا پی کے گزردیاں نے اس واسطے اللہ سانو نبی دے یاراں دا یار بنائے ولیاں سانو اللہ دے یاراں دا وی یار بنائے جڑے رب دے یار نے رب انہاں دا یار ہے مومن اللہ دا ولی ہے متقی اللہ دا ولی ہے اللہ تعالیٰ عمل دی توفیق دے وآخر دعوانا ان الحمدللہ